ਸਤ ਸ੍ਰੀ ਅਕਾਲ ਦੋਸਤੋ ਅੱਜ ਦੇ ਇਸ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੋਸਤੋ ਅੱਜ ਦੇ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਪਟਿਆਲੇ ਦੇ ਮਸ਼ਹੂਰ ਦੁੱਖਨਵਾਰਨ ਸਾਹਿਬ ਵਿੱਚ ਲੈ ਕੇ ਚੱਲਾਂਗਾ ਤੇ ਇਸ ਦੇ ਦਰਸ਼ਨ ਕਰਵਾਵਾਂਗਾ ਤੇ ਦੋਸਤੋ ਇਸ ਦੀ ਬਹੁਤ ਹੀ ਮਹੱਤਵਪੂਰਨ ਤੇ ਪ੍ਰਸਿੱਧ ਕਹਾਣੀ ਹੈ ਜੋ ਅੱਜ ਮੈਂ ਤੁਹਾਡੇ ਨਾਲ ਇਸ ਵੀਡੀਓ ਵਿੱਚ ਸ਼ੇਅਰ ਕਰਾਂਗਾ ਤਾਂ ਇਸ ਵੀਡੀਓ ਦੇ ਐਂਡ ਤੱਕ ਬਨੇ ਰਹੀਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਇਸੇ ਤਰ੍ਹਾਂ ਦੇ ਵੀਡੀਓ ਤੁਹਾਨੂੰ ਮਿਲਦੇ ਰਹੇ ਤੇ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਪਟਿਆਲੇ ਦੀ ਹਿਸਟਰੀ ਬਾਰੇ ਪਤਾ ਲੱਗ ਸਕੇ ਕਿ ਪਟਿਆਲੀ ਦੀ ਹਿਸਟਰੀ ਕਿੰਨੀ ਮਹੱਤਵਪੂਰਨ ਹੈ ਤੇ ਕਿੰਨੇ ਹੀ ਦਿਲਚਸਪ ਹੈ ਹਿਸਟਰੀ ਵੱਜੋਂ ਦੋਸਤੋ ਜਿਵੇਂ ਕਿ ਅਜਦੇ ਦਿਨਾਂ ਵਿੱਚ ਕਾਫੀ ਸਾਰੀਆਂ ਗੰਬੀਰ ਬਿਮਾਰੀਆਂ ਚੱਲ ਰਹੀਆਂ ਨੇ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਕਾਫੀ ਸਮੇਂ ਪਹਿਲਾਂ ਜਦੋਂ ਦੁੱਖਨਵਾਰਨ ਸਾਹਿਬ ਪਟਿਆਲੇ ਵਿੱਚ ਬਣਿਆ ਵੀ ਨਹੀਂ ਸੀਗਾ ਤਦ ਵੀ ਇਸੇ ਤਰ੍ਹਾਂ ਦੀ ਕੁਝ ਬਿਮਾਰੀਆਂ ਪਟਿਆਲੇ ਵਿੱਚ ਸਿਗੀਆਂ ਜਿਸ ਨਾਲ ਲੋਕਾਂ ਨੂੰ ਬਹੁਤ ਹੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀਗਾ ਇਸੇ ਤਰ੍ਹਾਂ ਨਾਲ ਦੋਸਤੋ ਸ਼ੁਰੂਆਤ ਹੋਈ ਪਟਿਆਲੇ ਦੇ ਦੁੱਖਨਵਾਰਨ ਸਾਹਿਬ ਦੀ ਜਿਵੇਂ ਕਿ ਇਸ ਜਗ੍ਹਾ ਤਾਂ ਨਾਮ ਹੀ ਹੈ ਦੁੱਖਨਵਾਰਨ ਸਾਇਬ ਤੇ ਇਹ ਸਾਰਿਆਂ ਦੇ ਦੁੱਖਾਂ ਨੂੰ ਦੂਰ ਕਰਦਾ ਹੈ ਸਾਰਿਆਂ ਦੀ ਬਿਮਾਰੀਆਂ ਨੂੰ ਦੂਰ ਕਰਦਾ ਹੈ ਜੋ ਵੀ ਇਸ ਗੁਰਦੁਆਰੇ ਦੇ ਸਰੋਵਰ ਵਿੱਚ ਜਾ ਕੇ ਇਸ਼ਨਾਨ ਕਰਦਾ ਹੈ ਉਸ ਨੂੰ ਪੂਰੀ ਹੀ ਬਿਮਾਰੀਆਂ ਤੋਂ ਮੁਕਤੀ ਮਿਲਦੀ ਹੈ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਇਸ ਗੁਰਦੁਆਰੀ ਦੀ ਸ਼ੁਰੂਆਤ ਕਿਵੇਂ ਹੋਈ ਦੋਸਤੋ ਚਲੋ ਮੈਂ ਤੁਹਾਨੂੰ ਇਸ ਗੁਰਦੁਆਰੀ ਦੀ ਕੁਝ ਹਿਸਟਰੀ ਦੱਸਦਾ ਹਾਂ ਉਸ ਤੋਂ ਪਟਿਆਲੇ ਵਿੱਚ ਇੱਕ ਬਾਗਰਾਮ ਨਾਮ ਦੇ ਵਿਅਕਤੀ ਸਨ ਤੇ ਉਸ ਸਮੇਂ ਦੋਸਤੋ ਬਹੁਤ ਹੀ ਗੰਭੀਰ ਤੇ ਰਹਿਸ ਮੇਂ ਬਿਮਾਰੀ ਪਟਿਆਲੇ ਦੇ ਵਿੱਚ ਚੱਲ ਰਹੀ ਸੀ ਜਿਸ ਕਰਕੇ ਕਾਫੀ ਸਾਰੇ ਲੋਕਾਂ ਨੂੰ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਉਸੇ ਵਿੱਚ ਬਾਗਰਾਮ ਜੀ ਨੇ ਗੁਰੂ ਤੇਗ ਬਹਾਦਰ ਜੀ ਨੂੰ ਬੇਨਤੀ ਕੀਤੀ ਕਿ ਉਹ ਸਾਡੇ ਪਟਿਆਲੇ ਸ਼ਹਿਰ ਵੀ ਜਾਣ ਤੇ ਇਸ ਨੂੰ ਆਪਣਾ ਅਸ਼ੀਰਵਾਦ ਦੇਣ ਤਾਂ ਕਿ ਇੱਥੇ ਦੇ ਲੋਕ ਇਸ ਰਹਿਸਮਈ ਬਿਮਾਰੀ ਤੋਂ ਮੁਕਤ ਹੋ ਸਕਣ ਉਸ ਟਾਈਮ ਗੁਰੂ ਤੇਗ ਬਹਾਦਰ ਜੀ ਪੂਰੇ ਹੀ ਇੰਡੀਆ ਦਾ ਦੌਰਾ ਕਰ ਰਹੇ ਸੀ ਤੇ ਇਸੇ ਦੌਰਾਨ ਬਾਗਰਾਮ ਜੀ ਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਉਹ ਪਟਿਆਲੇ ਵੀ ਜਾਣ ਤੇ ਪਟਿਆਲੇ ਲੋਕਾਂ ਨੂੰ ਵੀ ਆਪਣੀ ਦਰਸ਼ਨ ਦੇਣ ਜਿਸ ਨਾਲ ਉਹ ਇਸ ਗੰਭੀਰ ਬਿਮਾਰੀ ਤੋਂ ਮੁਕਤ ਹੋ ਸਕਣ ਤੇ ਹਿਸਟਰੀ ਅਨਸਾਰ ਦੋਸਤੋ 24 ਜਨਵਰੀ 1672 ਨੂੰ ਗੁਰੂ ਤੇਗ ਬਹਾਦਰ ਜੀ ਪਟਿਆਲਾ ਵਿੱਚ ਆਏ ਤੇ ਇੱਕ ਦਰਖਤ ਦੇ ਕਿਨਾਰੇ ਉਹ ਬੈਠ ਕੇ ਆਪਣੀ ਤਪੱਸਿਆ ਕਰਨ ਲੱਗੇ ਤੇ ਲੋਕ ਵੀ ਜਾ ਕੇ ਉਹਨਾਂ ਦੇ ਦਰਸ਼ਨ ਕਰਦੇ ਸੀ ਤੇ ਉਹਨਾਂ ਤੋਂ ਮੈਡੀਟੇਸ਼ਨ ਵਗੈਰਾ ਸਿੱਖਦੇ ਸੀ ਤੇ ਜਿਸ ਕਾਰਨ ਪਟਿਆਲਾ ਸ਼ਹਿਰ ਦੇ ਨਿਵਾਸੀ ਹੌਲੀ-ਹੌਲੀ ਉਸ ਬਿਮਾਰੀ ਤੋਂ ਮੁਕਤ ਹੋਣ ਲੱਗੇ ਤੇ ਲੋਕਾਂ ਦੇ ਲਈ ਇਹ ਜਗ੍ਹਾ ਬਹੁਤ ਹੀ ਮਹੱਤਵਪੂਰਨ ਬਣ ਗਈ ਤੇ ਉਸੇ ਦਰਖਤ ਦੇ ਕੋਲ ਇੱਕ ਸਰੋਵਰ ਸੀ ਜਿੱਥੇ ਜਾ ਕੇ ਉਹ ਇਸ਼ਨਾਨ ਕਰਦੇ ਸਿਗੇ ਜਿਸ ਨਾਲ ਹੌਲੀ-ਹੌਲੀ ਪਟਿਆਲਾ ਸ਼ਹਿਰ ਦੇ ਸਾਰੇ ਨਿਵਾਸੀ ਉਸ ਬਿਮਾਰੀ ਤੋਂ ਮੁਕਤ ਹੋਣ ਲੱਗੇ ਦੇਖਦੇ ਜਿ ਦੇਖਤੇ ਉਹਨਾਂ ਨੇ ਪੂਰੀ ਪਟਿਆਲਾ ਸ਼ਹਿਰ ਨੂੰ ਇਸ ਬਿਮਾਰੀ ਤੋਂ ਮੁਕਤ ਕਰ ਦਿੱਤਾ ਤੇ ਜਦੋਂ ਬਾਅਦ ਵਿੱਚ ਗੁਰੂ ਤੇਗ ਬਹਾਦਰ ਜੀ ਪਟਿਆਲਾ ਸ਼ਹਿਰ ਤੋਂ ਚਲੇ ਗਏ ਤਾਂ ਲੋਕਾਂ ਨੇ ਉਸ ਜਗ੍ਹਾ ਨੂੰ ਇੱਕ ਗੁਰਦੁਆਰੇ ਵਿੱਚ ਬਦਲ ਦਿੱਤਾ ਤੇ ਉਸ ਦਾ ਨਾਮ ਰੱਖਿਆ ਗਿਆ ਦੁੱਖ ਦਵਾਰਨ ਸਾਹਿਬ ਦੋਸਤੋ ਜਿਹੜਾ ਵੀ ਇਸ ਗੁਰਦੁਆਰੇ ਦੇ ਸਰੋਵਰ ਵਿੱਚ ਇਸ਼ਨਾਨ ਕਰਦਾ ਹੈ ਤੇ ਗੁਰੂ ਜੀ ਦਾ ਨਾਮ ਲਿੰਦਾ ਹੈ ਉਹ ਹਰ ਇੱਕ ਬਿਮਾਰੀ ਤੋਂ ਮੁਕਤ ਹੋ ਜਾਂਦਾ ਹੈ ਦੋਸਤੋ ਇਸ ਗੁਰਦੁਆਰੇ ਦੇ ਲੰਗਰ ਹਾਲ ਵਿੱਚ ਤੁਸੀਂ 24 ਘੰਟੇ ਲੰਗਰ ਦਾ ਮজা ਲੈ ਸਕਦੇ ਹੋ ਨਾਲ ਹੀ ਦੋਸਤੋ ਤੁਸੀਂ ਇਸ ਗੁਰਦੁਆਰੇ ਦੇ ਮਿਊਜ਼ੀਅਮ ਵਿੱਚ ਜਾ ਕੇ ਕਲਾਕਾਰਾਂ ਵੱਲੋਂ ਬਣਾਈਆਂ ਗਈਆਂ ਪੇਂਟਿੰਗਾਂ ਵੀ ਦੇਖ ਸਕਦੇ ਹੋ ਇਸ ਵਿੱਚ ਕਲਾਕਾਰਾਂ ਨੇ ਇਸ ਗੁਰਦੁਆਰੇ ਦੀ ਹਿਸਟਰੀ ਨੂੰ ਕਾਫੀ ਵਧੀਆ ਤਰੀਕੇ ਨਾਲ ਦੱਸਿਆ ਹੋਇਆ ਹੈ ਤੇ ਦੋਸਤੋ ਇਹ ਗੁਰਦੁਆਰਾ ਪਟਿਆਲੇ ਦੀ ਹਿਸਟਰੀ ਵਿੱਚ ਬਹੁਤ ਹੀ ਮਹੱਤਵਪੂਰਨ ਸਥਾਨ ਰੱਖਦਾ ਹੈ ਦੋਸਤੋ ਦੇਖਿਆ ਜਾਏ ਤਾਂ ਕਿਸੇ ਵੀ ਸ਼ਹਿਰ ਦੀ ਹਿਸਟਰੀ ਉਸ ਦੇ ਖਾਸ ਜਗਾਵਾਂ ਤੋਂ ਹੀ ਬਣਦੀ ਹੈ ਇਸੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਗੁਰਦੁਆਰਾ ਦੁੱਖਨਵਾਰਨ ਸਾਹਿਬ ਵੀ ਇੱਕ ਖਾਸ ਜਗ੍ਹਾ ਰੱਖਦਾ ਹੈ ਪਟਿਆਲੇ ਦੀ ਹਿਸਟਰੀ ਵਿੱਚ ਤੇ ਇਸ ਦੀ ਸ਼ੁਰੂਆਤ ਹੋਈ ਸੀ ਗੁਰੂ ਤੇਗ ਬਹਾਦਰ ਜੀ ਦੇ ਦੁਆਰਾ ਦੋਸਤੋ ਏਸੀ ਸਾਡੀ ਵੀਡੀਓ ਦੁੱਖਨਵਾਰਨ ਸਾਹਿਬ ਦੇ ਉੱਪਰ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰਨਾ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਕਿ ਇਸੇ ਤਰ੍ਹਾਂ ਦੀ ਵਧੀਆ ਤੋਂ ਵਧੀਆ ਟਰੈਵਲਿੰਗ ਵੀਡੀਓਜ਼ ਤੁਹਾਨੂੰ ਮਿਲਦੀ ਰਹੇ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਤਦ ਤੱਕ ਆਪਣਾ ਖਿਆਲ ਰੱਖੋ ਤੇ ਦੋਸਤੋ ਕਦੀ ਵੀ ਤੁਸੀਂ ਪਟਿਆਲੇ ਆਓ ਤੇ ਪਟਿਆਲੇ ਦੀ ਹਿਸਟਰੀ ਨੂੰ ਜਾਨਣਾ ਚਾਹੋ ਤਾਂ ਦੁੱਖਨਵਾਰਨ ਸਾਹਿਬ ਤੁਹਾਡੇ ਲਈ ਬਹੁਤ ਹੀ ਬੈਸਟ ਜਗ੍ਹਾ ਹੈ ਜਿੱਥੇ ਤੁਸੀਂ ਪਟਿਆਲੇ ਦੀ ਹਿਸਟਰੀ ਨੂੰ ਦੇਖ ਸਕਦੇ ਹੋ